ਨੰਗਲ ਦੇ ਕਰੀਬੀ ਪਿੰਡ ਮੇਦਾ ਮਾਜਰਾ ਵਿਖੇ ਇੱਥੋਂ ਦੇ ਇਲਾਕੇ ਦੇ ਚੜ੍ਹਦੀ ਉਮਰੇ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਣ ਵਾਲੇ ਨੌਜਵਾਨਾਂ ਦੀ ਯਾਦ ਦੇ ਵਿੱਚ ਇੱਕ ਵਾਲੀਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਆਯੋਜਕਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੇ ਵਿੱਚ ਐਂਟਰੀ ਬਿਲਕੁਲ ਫ੍ਰੀ ਹੈ, ਜਿਸ ਦੇ ਚੱਲਦਿਆਂ ਉਹਨਾਂ ਦੇ ਸੱਦੇ ਉੱਤੇ ਵੱਖ ਵੱਖ ਖੇਤਰਾਂ ਦੀਆਂ ਤਕਰੀਬਨ 16 ਟੀਮਾਂ ਇੱਥੇ ਪਹੁੰਚੀਆਂ ਹਨ, ਜਿਸ ਦੇ ਵਿੱਚ ਪੰਜਾਬ ਅਤੇ ਹਿਮਾਚਲ ਦੀਆਂ ਟੀਮਾਂ ਵੀ ਸ਼ਾਮਿਲ ਹਨ। ਉਹਨਾਂ ਦੱਸਿਆ ਕਿ ਇਸ ਟੂਰਨਾਮੈਂਟ ਦੇ ਵਿੱਚ ਖੇਡਣ ਆਉਣ ਵਾਲੇ ਪਲੇਅਰਾਂ ਲਈ ਰਿਫਰੈਸ਼ਮੈਂਟ ਅਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਟੂਰਨਾਮੈਂਟ ਦਾ ਫਾਈਨਲ ਮੈਚ ਵੀ ਅੱਜ ਹੀ ਹੋਵੇਗਾ, ਜਿਸ ਦੇ ਵਿੱਚ ਜੇਤੂ ਟੀਮ ਨੂੰ 15,000 ਦਾ ਨਗਦ ਇਨਾਮ ਅਤੇ ਫਸਟ ਰਨਰ ਅਪ ਟੀਮ ਨੂੰ 11,000 ਦਾ ਨਗਦ ਇਨਾਮ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਟੂਰਨਾਮੈਂਟ ਕਰਾਉਣ ਦਾ ਵਿਸ਼ੇਸ਼ ਮਕਸਦ ਨੌਜਵਾਨਾਂ ਦੇ ਵਿੱਚ ਖੇਡ ਦੀ ਭਾਵਨਾ ਨੂੰ ਪ੍ਰੋਤਸਾਹਿਤ ਕਰਨਾ ਹੈ। ਆਪ ਟੀਵੀ ਲਈ ਅਵਿਨਾਸ਼ ਸ਼ਰਮਾ ਦੇ ਨਾਲ ਰਕੇਸ਼ ਰਾਣਾ ਦੀ ਰਿਪੋਰਟ। ਨੱਚਣ ਕੁੱਦਣ ਮਨਗਾ ਚਾਓ, ਲੇਕਿਨ ਇਹਨਾਂ ਦੇ ਚਾਅ ਜਿਹੜੇ ਹੈ ਪਿਛਲੇ ਕੁਛ ਐਸਾ ਪਿਛਲੇ 10-15 ਦਿਨਾਂ ਸਾਲ ਦੇ ਵਿੱਚ ਘਟਨਾ ਵਾਪਰੀ ਹੈ ਕਿ ਨਸ਼ੇ ਦੀ ਲਪੇਟ ਵਿੱਚ ਯੁਵਾ ਬ੍ਰਿਗੇਡ ਆ ਗਈ ਸੀਗੀ। ਲੇਕਿਨ ਪਿਛਲੇ 4-5 ਸਾਲ ਤੋਂ ਜਾਂ ਪਿਛਲੇ 3 ਸਾਲ ਤੋਂ ਆਪਾਂ ਕਹਿ ਲਈਏ ਕਿ ਉੱਪਰ ਤੋਂ ਸਾਡਾ ਸਪੀਕਰ ਸਾਹਿਬ ਜੀ ਦਾ ਅਤੇ ਜੋ ਅਸੀਂ ਸਾਰਿਆਂ ਨੇ ਰਲ ਮਿਲ ਕੇ ਉਪਰਾਲਾ ਕੀਤਾ ਕਿ ਜਿਹੜੀ ਯੁਵਾ ਬ੍ਰਿਗੇਡ ਹੈ ਨਸ਼ੇ ਵੱਲ ਜਾ ਰਹੀ ਸੀਗੀ, ਇਹ ਮੁੰਡਿਆਂ ਨੇ ਜਿਹੜਾ ਬਹੁਤ ਹੀ ਸ਼ਲਾਘਾਯੋਗ ਜਿਹੜਾ ਇਹ ਵਾਲੀਬਾਲ ਦਾ ਕਦਮ ਚੁੱਕਿਆ ਹੈ, ਇਹਨਾਂ ਦਾ ਜਿਹੜਾ ਅਸੀਂ ਤਨਦੇਹੀ ਦੇ ਨਾਲ ਜਿੱਥੇ ਜਿੱਥੇ ਇਹਨਾਂ ਨੇ ਸਾਨੂੰ ਕਿਹਾ ਅਸੀਂ ਉਹਨਾਂ ਇਹਨਾਂ ਦਾ ਬਿਲਕੁਲ ਸਹਿਯੋਗ ਦਿੱਤਾ। ਔਰ ਇਹ ਬਹੁਤ ਹੀ ਵਧੀਆ ਜਿਹੜਾ ਇੱਦਾਂ ਦੇ ਕਦਮ ਯੁਵਾ ਬ੍ਰਿਗੇਡ ਚੱਕੇਗੀ, ਅਸੀਂ ਇਹਨਾਂ ਦਾ ਜਿਹੜਾ ਹੈ ਤਨ ਮਨ ਧਨ ਦੇ ਨਾਲ ਸਾਥ ਦੇਣ ਲਈ ਤਿਆਰ ਹੈ। ਗੱਲ ਹੋਈ ਸੀਗੀ ਉਹਨਾਂ ਨੇ ਇਹਨਾਂ ਬੱਚਿਆਂ ਲਈ ਬੜਾ ਹੀ ਵਧੀਆ ਕਿ ਇਹ ਬੱਚੇ ਕਿਉਂਕਿ ਸਾਡਾ ਜਿਹੜਾ ਏਰੀਆ ਕਮੇਟੀ ਦੇ ਵਿੱਚ ਆ ਚੁੱਕਿਆ ਔਰ ਸਾਡੇ ਇਸ ਦੇ ਵਿੱਚ ਖਾਲੀ ਜਗ੍ਹਾ ਵੀ ਬਹੁਤ ਹੈ, ਵੀ ਜਿੱਦਾਂ ਜਿੱਦਾਂ ਇਹ ਬੰਦੇ ਬੱਚੇ ਜਿਹੜੇ ਸਟੈਪ ਚੁੱਕਣਗੇ ਅਸੀਂ ਇਹਨਾਂ ਨੂੰ ਜਿਹੜਾ ਹੈ ਤਨੋਂ ਮਨੋਂ ਤੁਹਾਨੂੰ ਜਿਹੜਾ ਹੈ ਇਹਨਾਂ ਦਾ ਪੂਰਾ ਸਾਥ ਦੇਵਾਂਗੇ। ਕੀ ਇਵੈਂਟ ਹੈ ਜੀ, ਕਿੰਨੀਆਂ ਟੀਮਾਂ ਹੈ, ਕਿਸ ਲਈ ਕਰਵਾਇਆ ਜਾ ਰਿਹਾ ਜੀ, ਕੀ ਇਨਾਮ ਹੋਏਗਾ, ਕਦੋਂ ਫਾਈਨਲ? ਸਭ ਤੋਂ ਪਹਿਲਾਂ ਜੀ ਜੋ ਸਾਡੀ ਏਜ ਦੇ ਸਾਡੀ ਉਮਰ ਦੇ ਸਾਡੇ ਭਰਾ ਜਿਹੜੇ ਮਤਲਬ ਪੂਰੇ ਹੋਏ ਆ ਉਹਨਾਂ ਦੀ ਯਾਦ 'ਚ ਪਹਿਲਾ ਪੰਚਾਇਤੀ ਟੂਰਨਾਮੈਂਟ ਹੈ। ਸਭ ਤੋਂ ਪਹਿਲੀ ਬੜੀ ਗੱਲ ਹੈ ਕਿ ਇਹ ਫ੍ਰੀ ਐਂਟਰੀ ਟੂਰਨਾਮੈਂਟ ਹੈ ਜੀ। ਇਹਦੇ ਟੂਰਨਾਮੈਂਟ 'ਚ 16 ਟੀਮਾਂ ਆਈਆਂ ਆਲ ਓਵਰ ਪੰਜਾਬ, ਖਰੜ, ਹੁਸ਼ਿਆਰਪੁਰ, ਟਾਂਡਾ, ਪੂਰੀਆਂ ਰੋਪੜ ਡਿਸਟ੍ਰਿਕਟ ਲੋਕਲ ਟੀਮਾਂ ਹੈ। 16 ਟੀਮਾਂ ਨੇ ਪੂਰਾ ਭਾਗ ਲਿਆ ਜੀ, ਹਿਮਾਚਲੀ ਟੀਮਾਂ ਵੀ ਆਈਆਂ ਸੀ। ਪਹਿਲਾ ਇਨਾਮ ਰੱਖਿਆ ਜੀ 15,000, ਦੂਜਾ ਇਨਾਮ ਹੈਗਾ 11,000। ਅਤੇ ਸਭ ਤੋਂ ਬੜੀ ਪਹਿਲੀ ਗੱਲ ਇਹ ਹੈ ਜੀ, ਇਹ ਟੂਰਨਾਮੈਂਟ ਆਲ ਓਵਰ ਐਂਟਰੀ ਫ੍ਰੀ ਹੈ ਅਤੇ ਸਪੈਸ਼ਲ ਰਿਫਰੈਸ਼ਮੈਂਟ ਰੱਖੀ ਹੈ ਪਲੇਅਰਾਂ ਨੂੰ ਅਤੇ ਪੂਰਾ ਲੰਗਰ ਚੱਲ ਰਿਹਾ ਜੀ ਸਾਰੇ ਵਾਸਤੇ, ਸਾਰਿਆਂ ਨੂੰ ਲੰਗਰ ਹੈ। ਅਤੇ ਆਪਣਾ ਅੱਜ ਆਪਣਾ ਫਾਈਨਲ ਮੈਚ ਸਾਡਾ ਅੱਜ ਹੀ ਹੋਣਾ ਹੈ ਅਤੇ ਬੈਸਟ ਆਫ 5 ਸੈੱਟ ਸਾਡਾ ਫਾਈਨਲ ਮੈਚ ਰਹੇਗਾ ਅਤੇ ਆਪਣਾ ਸ਼ਾਮ ਨੂੰ 7 ਵਜੇ ਫਾਈਨਲ ਮੈਚ ਸਾਡਾ। ਠੀਕ ਹੈ ਜੀ, ਅਤੇ ਕੀ ਮੈਸੇਜ ਦਿਓਗੇ ਤੁਸੀਂ ਇਸ ਤਰ੍ਹਾਂ ਇਵੈਂਟ? ਸਾਡਾ ਇੱਦਾਂ ਤਾਂ ਜੀ ਪਹਿਲਾਂ 6 ਬੰਦਿਆਂ ਨੇ ਖੇਡਣਾ ਸ਼ੁਰੂ ਕੀਤਾ, ਉੱਥੇ ਰਾਮ ਪ੍ਰਸਾਨੀ ਨੇ, ਫਿਰ 6 ਤੋਂ 8 ਹੋਏ, 8 ਤੋਂ 10 ਹੋਏ, ਫਿਰ ਇਹ ਰੋਜ਼ ਖੇਡਦੇ ਅਤੇ ਇਹਨਾਂ ਦੀ ਆਪਣੀ ਗੇਮ ਥੋੜ੍ਹੀ ਸੁਧਾਰ ਹੋਇਆ, ਫਿਰ ਇਹਨਾਂ ਨੇ ਆਪਸ 'ਚ ਹੀ ਮੁੰਡਿਆਂ ਨੇ ਰਲ ਕੇ ਇੱਕ ਸੁਨੇਹਾ ਦਿੱਤਾ ਕਿ ਆਪਣੇ ਇੱਕ ਟੂਰਨਾਮੈਂਟ ਕਰਾਉਣਾ ਹੈ ਅਤੇ ਸਿਰਫ ਸਾਰਿਆਂ ਨੇ ਆਪ ਹੀ ਕੰਟਰੀਬਿਊਟ ਕਰਨਾ, ਜਿਹੜਾ ਬਾਹਰੋਂ ਕੋਈ ਕੰਟਰੀਬਿਊਟ ਕਰੂੰਗਾ ਉਹਨੂੰ ਥੈਂਕਸ ਹੈ, ਵੈਲਕਮ ਹੈ। ਅਤੇ ਸਭ ਤੋਂ ਬੜੀ ਗੱਲ ਹੈ ਕਿ ਸਾਰੇ ਮੁੰਡਿਆਂ ਨੇ ਆਪਣੀ ਪੋਕਿਟ ਮਨੀਆਂ 'ਚੋਂ, ਆਪਣੀ ਸੈਲਰੀਆਂ 'ਚੋਂ ਸਾਰਾ ਇਕੱਠਾ ਕਰਕੇ ਕੰਟਰੀਬਿਊਟ ਕਰਕੇ ਇਨਾਮ ਪੈਸੇ ਜੋੜੇ ਆ, ਉਹਨਾਂ 'ਚੋਂ ਟੂਰਨਾਮੈਂਟ ਕਰਾ ਰਹੇ ਹਾਂ। ਅਤੇ ਬਾਕੀ ਸਾਨੂੰ ਹੋਰ ਪਿੰਡ ਵਾਲਿਆਂ ਨੇ ਸਹਿਯੋਗ ਦਿੱਤਾ, ਜਿਹੜੇ ਮੇਨ ਪੋਲੀਟੀਕਲ ਲੀਡਰ ਹੈ, ਬਾਕੀ ਹੋਰ ਜਿੰਨੇ ਵੀ ਸਰਪੰਚ, MC ਸਾਹਿਬ ਜਿੰਨੇ ਵੀ ਹੈ, ਸਾਰਿਆਂ ਦਾ ਸਾਥ ਵੀ ਰਿਹਾ। ਬਟ ਬੇਸਿਕਲੀ ਜਿਹੜੀ ਕਮੇਟੀ ਹੈ, ਮੈਂਬਰ ਹੈ, ਇਹਨਾਂ ਦਾ ਖੁੱਲ੍ਹ ਕੇ ਸਾਥ ਰਿਹਾ। ਆ ਸਪੈਸ਼ਲੀ 4-5 ਮੁੰਡੇ ਆ, ਤੁਸੀਂ ਦੇਖ ਰਹੇ ਹੋ, ਪਾਣੀ ਲਾਉਣਾ ਹਰੇਕ ਮੈਚ ਦੇ ਬਾਅਦ, ਚੂਨਾ ਲਾ ਰਿਹਾ, ਅਤੇ ਇਹਨਾਂ ਦਾ ਫੁੱਲੀ ਸਾਥ ਹੈ ਅਤੇ ਇਹਨਾਂ ਦੇ ਘਰਦਿਆਂ ਦਾ ਵੀ ਸਾਥ ਪੂਰਾ ਹੈ, ਪੂਰਾ ਖੁੱਲ੍ਹ ਕੇ ਸਾਥ ਦੇ ਰਹੇ। ਟੂਰਨਾਮੈਂਟ ਹੋ ਰਿਹਾ, ਆਰਾਮ ਨਾਲ ਹੋ ਰਿਹਾ, ਕੋਈ ਪਰੇਸ਼ਾਨੀ? ਨੋ, ਕੋਈ ਪਰੇਸ਼ਾਨੀ ਨਹੀਂ, ਸਾਨੂੰ ਪਲੇਅਰਾਂ ਨੇ ਵੀ ਸਾਥ ਦਿੱਤਾ ਜੀ, ਕੋਈ ਓਬਜੈਕਸ਼ਨ ਨਹੀਂ, ਸਾਰੇ ਪਿੰਡ ਦੀ ਟੀਮ ਖੇਲ ਰਹੀ ਹੈ, ਵਿਦ ਪਰੂਫ ਚੈੱਕ, ਕਾਰਡ ਚੈੱਕ ਹੋ ਰਿਹਾ। ਜੇ ਕੋਈ ਦੂਸਰੀ ਟੀਮ ਨੂੰ ਓਬਜੈਕਸ਼ਨ ਹੁੰਦੀ ਹੈ ਤਾਂ ਆਪਾਂ ਨਾਲ ਦੀ ਨਾਲ ਹੀ ਐਕਸ਼ਨ ਲੈ ਰਹੇ ਹਾਂ। ਸਾਡੇ ਰੈਫਰੀ ਸਾਹਿਬ, ਕਮੈਂਟੇਟਰ ਸਾਹਿਬ ਆਏ ਆ, ਇੰਟਰਨੈਸ਼ਨਲ ਕਬੱਡੀ ਕਮੈਂਟੇਟਰ ਹੈ ਕਬੱਡੀ ਦੇ, ਅਤੇ ਕੋਈ ਸਾਨੂੰ ਕੋਈ ਦਿੱਕਤ ਨਹੀਂ ਆ ਰਹੀ, ਕੋਈ ਸਾਨੂੰ ਪਰੇਸ਼ਾਨੀ ਨਹੀਂ, ਸਭ ਕੁਝ ਬਹੁਤ ਵਧੀਆ ਹੋ ਰਿਹਾ। ਠੀਕ, ਥੈਂਕ ਯੂ।